ਝੋਨਾ ਬੀਜਣਾ ਹੀ ਆ ਤਾਂ ਉਹਨੂੰ ਏ ਐੱਸ ਆਰ ਟੈਕਨੀਕ ਨਾਲ ਆਪਾਂ ਬੀਜੀਏ। ਜਿਹੜਾ ਏ ਐੱਸ ਆਰ ਟੈਕਨੀਕ ਆ ਇਹ ਵੀ ਸਿੱਧੀ ਵੀ ਆਈ ਆ, ਜਿਹੜੇ ਆਪਣੇ ਜਿਹੜੇ ਰਿਸਰਚ ਦੇ ਅਦਾਰੇ ਨੇ, ਖੋਜ ਅਦਾਰੇ ਨੇ, ਜਾਂ ਜਿਹੜੇ ਸਾਡੇ ਐਕਸਟੈਂਸ਼ਨ ਵਾਲੇ ਅਦਾਰੇ ਆ ਜਿਹਨਾਂ ਨੇ ਪਸਾਰ ਕਰਨਾ ਹੈਗਾ ਖੇਤੀਬਾੜੀ ਦੇ ਵਿੱਚ ਗਿਆਨ ਦਾ, ਉਹ ਜਿਹੜੇ ਅਦਾਰੇ ਆ ਉਹ ਉਹਨਾਂ ਨੇ ਜਿਹੜਾ ਝੋਨਾ ਸਿੱਧੀ ਬਿਜਾਈ ਕਰਾਈ ਉਹਦਾ ਨਾਮਕਰਨ ਕੀਤਾ ਉਹਨਾਂ ਨੇ ਡੀ ਐੱਸ ਆਰ, ਤੇ ਅਸੀਂ ਵੀ ਸਿੱਧੀ ਬਿਜਾਈ ਕਰਾ ਰਹੇ ਹਾਂ ਇਹਦਾ ਨਾਮਕਰਨ ਕੀਤਾ ਹੈਗਾ ਏ ਐੱਸ ਆਰ। ਹੁਣ ਇਹ ਵੀ ਸਿੱਧੀ ਬਿਜਾਈ ਹੈ ਤੇ ਉਹ ਵੀ ਸਿੱਧੀ ਬਿਜਾਈ ਹੈ। ਉਹ ਸਿੱਧੀ ਬਿਜਾਈ ਜਿਹੜੀ ਹੈ ਉਹ ਇੱਕ ਬਹੁਤ ਹੀ ਕਹਿ ਲਈਏ ਵੀ ਟੈਕਨੀਕਲ ਗੱਲ ਹੈਗੀ ਹੈ, ਉਹਨੂੰ ਸਮਝਣਾ ਪਊਗਾ, ਗਿਆਨ ਹਾਸਲ ਕਰਨਾ ਪਊਗਾ, ਫਿਰ ਹੀ ਜਿਹੜਾ ਸਿੱਧੀ ਬਿਜਾਈ ਹੈ ਝੋਨੇ ਦੀ ਉਹ ਕਾਮਯਾਬ ਹੋਊਗੀ। ਜਿਹੜਾ ਨਾ ਡੀ ਐੱਸ ਆਰ ਆ ਉਹਨੂੰ ਲੋਕਾਂ ਨੇ, ਕਿਸਾਨ ਵੀਰਾਂ ਨੇ ਬੜੇ ਉਤਸ਼ਾਹ ਦੇ ਨਾਲ ਅਪਣਾਇਆ ਜਦੋਂ ਕਰੋਨੇ ਦਾ ਦੌਰ ਆਇਆ, ਉਸ ਵੇਲੇ ਵੀ ਆਪਾਂ ਦੇਖਿਆ ਉਹ ਤੋਂ ਪਹਿਲਾਂ ਵੀ, ਪਰ ਜਿੰਨੇ ਉਤਸ਼ਾਹ ਦੇ ਨਾਲ ਕਿਸਾਨ ਅਗਾਂਹ ਵਧੇ ਉਨੇ ਹੀ ਪਿੱਛੇ ਨੂੰ ਬੈਕ ਮੁੜ ਗਏ, ਪਛਾਣ ਮੁੜੇ। ਕਿਉਂ? ਕਿਉਂਕਿ ਜਿਹੜਾ ਝੋਨਾ ਆ ਉਹਦੇ ਵਿੱਚ ਬਹੁਤ ਸਾਰੀਆਂ ਜਿਹੜੇ ਲਘੂ ਤੱਤਾਂ ਦੀ ਘਾਟ ਆਈ, ਉਹਦੇ ਵਿੱਚ ਜਿਹੜਾ ਹੈਗਾ ਨਦੀਨਾਂ ਦੀ ਭਰਮਾਰ ਹੋ ਗਈ। ਇਹ ਕਿਉਂ ਹੋਈ ਇੱਥੇ? ਕਿਉਂਕਿ ਇਹਨਾਂ ਨੇ ਗਲਤੀ ਕੀਤੀ, ਇਹਨਾਂ ਅਦਾਰਿਆਂ ਨੇ ਗਲਤੀ ਕੀ ਕੀਤੀ, ਇਹ ਕਣਕ ਜਿਹੜੇ ਝੋਨੇ ਨੂੰ ਬੀਜ ਤੋਂ ਕਣਕ ਦੀ ਤਰ੍ਹਾਂ ਬੀਜਤਾ। ਹੁਣ ਆਪਾਂ ਸਾਰੇ ਇਹ ਜਾਣਦੇ ਹਾਂ ਕਿ ਜੇਕਰ ਆਪਾਂ ਕਣਕ ਨੂੰ ਬੀਜ ਤੋਂ, ਜੇਕਰ ਆਪਾਂ ਕਣਕ ਨੂੰ ਝੋਨੇ ਦੀ ਤਰ੍ਹਾਂ ਬੀਜਾਂਗੇ ਤੇ ਆਪਾਂ ਉਹਦਾ ਵਧੀਆ ਝਾੜ ਨਹੀਂ ਲੈ ਸਕਦੇ। ਜੇਕਰ ਕਣਕ ਨੂੰ ਝੋਨੇ ਦੀ ਤਰ੍ਹਾਂ ਬੀਜਾਂਗੇ ਤਾਂ ਆਪਾਂ ਵਧੀਆ ਝਾੜ ਨਹੀਂ ਲੈ ਸਕਦੇ, ਉਹ ਹੋਣੀ ਹੀ ਨਹੀਂ ਹੈਗੀ, ਝਾੜ ਤਾਂ ਇੱਕ ਪਾਸੇ ਰਹਿ ਗਿਆ। ਇਸੇ ਤਰ੍ਹਾਂ ਜੇਕਰ ਆਪਾਂ ਝੋਨੇ ਨੂੰ ਬੀਜ ਤੋਂ ਕਣਕ ਦੀ ਤਰ੍ਹਾਂ ਬੀਜਾਂਗੇ ਤਾਂ ਝੋਨਾ ਵਧੀਆ ਨਹੀਂ ਹੋਣਾ ਹੈਗਾ, ਉਹਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਆਉਣਗੀਆਂ, ਉਹਦੇ ਵਿੱਚ ਲਘੂ ਤੱਤਾਂ ਦੀ ਘਾਟ ਆਊਗੀ, ਉਹਦੇ ਵਿੱਚ ਨਦੀਨ ਜ਼ਿਆਦਾ ਹੋਣਗੇ। ਹੁਣ ਫਿਰ ਝੋਨੇ ਨੂੰ ਬੀਜਣਾ ਆਪਾਂ ਕਿੱਦਾਂ? ਝੋਨੇ ਨੂੰ ਬੀਜ ਤੋਂ ਬੀਜ ਝੋਨੇ ਦੀ ਤਰ੍ਹਾਂ ਬੀਜਣਾ, ਝੋਨੇ ਨੂੰ ਬੀਜ ਤੋਂ ਝੋਨੇ ਦੀ ਤਰ੍ਹਾਂ ਬੀਜਣਾ, ਉਹ ਜਿਹੜਾ ਢੰਗ ਤਰੀਕਾ ਕਿਹੜਾ ਉਹ ਹੈਗਾ ਏ ਐੱਸ ਆਰ ਐਨਰੋਬਿਕ ਸੀਡਿੰਗ ਆਫ ਰਾਈਸ, ਜਿਹੜਾ ਮੈਂ ਪਹਿਲਾਂ ਤੁਹਾਡੇ ਨਾਲ ਸਾਂਝੀ ਕੀਤੀ ਗੱਲ ਵੀ ਝੋਨਾ ਜੇ ਬੀਜਣਾ ਤਾਂ ਉਹਨੂੰ ਪਹਿਲਾਂ ਆਪਾਂ ਸੁਹਾਗੇ ਮਾਰਨੇ ਪੈਣਗੇ, ਹਵਾ ਬਾਹਰ ਕੱਢਣੀ ਪਊਗੀ, ਫਿਰ ਉਹਨੂੰ ਨਮੀ ਦੇ ਵਿੱਚ ਬੀਜਣਾ ਪਊਗਾ, ਕਿਉਂਕਿ ਜਿਹੜਾ ਪਾਣੀ ਆ ਉਹ ਬਨਸਪਤੀ ਵਾਸਤੇ ਜ਼ਹਿਰ ਆ, ਜਿਹੜਾ ਸਲਾਬਾ ਆ ਉਹ ਅੰਮ੍ਰਿਤ ਆ। ਇਸ ਕਰਕੇ ਆਪਾਂ ਯਾਨੀ ਕਿ ਹੋਰ ਕੋਈ ਢੰਗ ਤਰੀਕਾ ਨਹੀਂ ਵਰਤਣਾ, ਵੀ ਪਹਿਲਾਂ ਸੁੱਕਾ ਬੀਜ ਕੇ ਪਾਣੀ ਲਾ ਦਿਓ ਜੀ, ਕੋਈ ਕਹਿੰਦਾ ਛੱਟਾ ਮਾਰ ਕੇ ਇੱਦਾਂ ਕਰ ਦਿਓ ਜੀ, ਇਹ ਸਾਰੀਆਂ ਜਿਹੜੀਆਂ ਨਾ ਇਹ ਹਿੱਟ ਐਂਡ ਟ੍ਰਾਇਲ ਮੈਥਡ ਆ, ਇਹਦੇ ਪਿੱਛੇ ਕੋਈ ਸਿਧਾਂਤਕ ਆਧਾਰ ਨਹੀਂ ਹੈ। ਜਿਹੜਾ ਤਕਨੀਕ ਉਹੀ ਕਾਮਯਾਬ ਹੋਊਗੀ ਜਿਹਦੇ ਪਿੱਛੇ ਕੋਈ ਸਿਧਾਂਤ ਕੰਮ ਕਰਦਾ, ਤੇ ਸੋਚੋ ਤੋਂ ਤੁਕਾਲਾ ਵਾਲੀ ਗੱਲ ਨਹੀਂ ਚਾਹੀਦੀ, ਹਮੇਸ਼ਾ ਜਿਹੜਾ ਸਿਧਾਂਤਕ ਆਧਾਰ ਕੀ ਆ ਪਿੱਛੇ ਉਹਨੂੰ ਸਮਝਣ ਦੀ ਲੋੜ ਆ। ਤੇ ਇਹ ਹੈਗਾ ਸੀਗਾ ਵੀ ਏ ਐੱਸ ਆਰ ਦੀ ਜਿਹੜੀ ਫੁੱਲ ਫੋਰਮ ਹੈ ਉਹ ਹੈ ਐਨਰੋਬਿਕ ਸੀਡਿੰਗ ਆਫ ਰਾਈਸ, ਜਿਹਦੇ ਨਾਲ ਕੀ ਹੁੰਦਾ ਵੀ ਝੋਨੇ ਦੀ ਮੁੱਢਲੀ ਜ਼ਰੂਰਤ ਜਿਹੜੀ ਆ ਉਹਦੀ ਪੂਰਤੀ ਵੱਲ ਧਿਆਨ ਦਿੱਤਾ ਜਾਂਦਾ। ਦੂਜੇ ਪਾਸੇ ਕਿਉਂਕਿ ਝੋਨਾ ਬਨਸਪਤੀ ਆ, ਬਨਸਪਤੀ ਦੀ ਜਿਹੜੀ ਮੁੱਢਲੀ ਜ਼ਰੂਰਤ ਉਹਦੀ ਉਹਦੀ ਪੂਰਤੀ ਵੱਲ ਖਿਆਲ ਕੀਤਾ ਜਾਂਦਾ, ਇਹ ਏ ਐੱਸ ਆਰ ਆ। ਤੇ ਏ ਐੱਸ ਆਰ